ਐਸਆਰ ਹਸਪੀਟਲ ਬਾਰੇ ਸਾਨੂੰ ਦੋ ਤਿੰਨ ਵਾਰੀ ਕੰਪਲੇਂਟ ਆ ਚੁੱਕੀ ਹੈ ਸਿਵਲ ਸਰਜਨ ਦਫ਼ਤਰ, ਅਤੇ ਸਾਡੇ ਇੰਸਪੈਕਟਰੇਟ ਸਿਵਲ ਸਰਜਨ ਮੈਡਮ ਨੇ ਕਿਹਾ ਕਿ ਆਪਣੀ ਟੀਮ ਲਿਜਾ ਕੇ ਸਾਰੀ ਇਸ ਹਸਪੀਟਲ ਦੇ ਅੰਦਰ ਜੋ ਵੀ ਇਕੁਪਮੈਂਟਸ ਪਏ ਆ, ਮੈਡੀਸਨਸ ਪਈਆਂ, ਚੈੱਕ ਕਰੋ ਵੀ ਡਾਕਟਰ ਹੈ ਵੀ ਹੈ ਕਿ ਨਹੀਂ ਹੈ। ਅਸੀਂ ਅੱਜ ਇਹਨਾਂ ਦਾ ਸਾਰਾ ਰਿਕਾਰਡ ਚੈੱਕ ਕੀਤਾ, ਪਹਿਲੇ ਵੀ ਸਾਡੇ ਡਾਕਟਰ ਵਿਨੇ ਜਮਾਲ ਐਸਐਮਓ ਸਾਹਿਬ ਚੈੱਕ ਕਰਕੇ ਗਏ ਸੀ, ਕਾਫੀ ਖਾਮੀਆਂ ਪਾਈਆਂ ਗਈਆਂ, ਅਤੇ ਅਸੀਂ ਉਸ ਆਧਾਰ 'ਤੇ ਆਪਣੇ ਐਸਐਚਓ ਸਾਹਿਬ ਸਾਡੇ ਨਾਲ ਆਏ ਆ, ਉਹਨਾਂ ਦੀ ਪ੍ਰੋਟੈਕਸ਼ਨ ਦੇ ਅੰਡਰ ਅਸੀਂ ਕੋਸ਼ਿਸ਼ ਕਰਾਂਗੇ ਸੀਲ ਕਰ ਦਈਏ ਹਸਪਤਾਲ, ਜਾਮ ਬੰਦ ਕਰੀਏ ਇਹਨਾਂ ਹਸਪਤਾਲ। ਅੱਜ ਆਪਾਂ ਡੀ ਐਸ ਪੀ ਓ ਸਾਹਿਬ ਨਾਲ ਆਪਣੇ ਸਿਵਲ ਸਰਜਨ ਮੈਡਮ ਦੇ ਦਿਸ਼ਾ ਨਿਰਦੇਸ਼ ਅਨੁਸਾਰ, ਪਹਿਲਾਂ ਵੀ ਮੈਂ ਇੱਥੇ ਚੈਕਿੰਗ ਕੀਤੀ ਸੀ ਐਜ਼ ਏ ਐਸ ਐਮ ਓ ਅੱਜ ਤੋਂ 10-15 ਦਿਨ ਪਹਿਲਾਂ, ਉਦੋਂ ਵੀ ਕਾਫੀ ਖਾਮੀਆਂ ਪਈਆਂ ਗਈਆਂ ਸੀ। ਅੱਜ ਸਾਡੇ ਡੀ ਐਸ ਪੀ ਓ ਸਾਹਿਬ ਆਏ ਨੇ, ਐਸ ਐਚ ਓ ਸਾਹਿਬ ਆਏ ਨੇ, ਸਿਵਲ ਸਰਜਨ ਮੈਡਮ ਦੇ ਦਿਸ਼ਾ ਨਿਰਦੇਸ਼ ਅਨੁਸਾਰ ਹਸਪਤਾਲ ਨੂੰ ਦੇਖੀਏ, ਹੁਣ ਅੱਜ ਸੀਲ ਕੀਤਾ ਜਾਊਗਾ, ਬੰਦ ਕੀਤਾ ਜਾਊਗਾ, ਦੇਖਦੇ ਹਾਂ ਅੱਗੇ ਕੀ ਕਾਰਵਾਈ ਕੀਤੀ।